My name is Rod, and at Britasia, I've had the chance to interview many artists over the past few years. I've discussed music, films, and the Punjabi industry. Today, I'm lucky to be talking to one of the legendary artists who features in the Guinness World Record as the biggest Bhangra artist. It's the one and only Golden Star Malkit Singh MB. ਸਤਿ ਸ਼੍ਰੀ ਅਕਾਲ ਮਲਕੀਤ ਜੀ ਪਹਿਲੀ ਗੱਲ ਤਾਂ ਬਹੁਤ ਬਹੁਤ ਧੰਨਵਾਦ ਬਹੁਤ ਟਾਈਮ ਬਾਅਦ ਤੁਸੀਂ ਕੋਈ ਵੀ ਇੰਟਰਵਿਊ ਦੇਣ ਜਾ ਰਹੇ ਹਾਂ ਅਤੇ ਉਹ ਬ੍ਰਿਟਿਸ਼ੀਆ ਦੇ ਨਾਲ ਦੇਣ ਜਾ ਰਹੇ ਹਾਂ ਸਾਡਾ ਬਹੁਤ ਬਹੁਤ ਮਾਣ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਥੈਂਕ ਯੂ ਸੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬ੍ਰਿਟਿਸ਼ੀਆ ਟੀਵੀ ਦੇ ਉੱਤੇ ਐਂਡ ਸਾਰੇ ਹੀ ਦੇਖਣ ਵਾਲਿਆਂ ਲਈ ਵੀ ਸਾਨੂੰ ਬਹੁਤ ਹੀ ਖੁਸ਼ੀ ਹੈ ਕਿ ਤੁਸੀਂ ਆਏ ਹਾਂ ਬਹੁਤ ਵਧੀਆ ਜੀ ਥੈਂਕ ਯੂ ਵੈਰੀ ਮੱਚ ਔਰ ਬ੍ਰਿਟਿਸ਼ੀਆ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਬੜਾ ਚੰਗਾ ਲੱਗਦਾ ਜੀ ਔਰ ਬਹੁਤ ਸੋਹਣਾ ਲੱਗਦਾ ਹੈ ਕਿ ਪਹਿਲਾ ਸਾਡਾ ਇਹ ਚੈਨਲ ਜਿਹੜਾ ਸਾਡੇ ਇੱਥੇ ਪੰਜਾਬੀ ਨੂੰ ਮਿਊਜ਼ਿਕ ਨੂੰ ਪ੍ਰਮੋਟ ਕਰਨ ਦੇ ਲਈ ਇੰਗਲੈਂਡ ਦੇ ਵਿੱਚ ਆਇਆ ਔਰ ਇੰਡੀਆ 'ਚੋਂ ਤਾਂ ਬਹੁਤ ਚੈਨਲ ਆਉਂਦੇ ਆ ਪਰ ਸਾਡਾ ਇੱਕੋ ਇੱਕ ਚੈਨਲ ਆ ਸੋ ਸਾਨੂੰ ਬੜਾ ਖੁਸ਼ੀ ਹੁੰਦੀ ਜਦੋਂ ਇਸ ਚੈਨਲ 'ਤੇ ਗੋਲਡਨ ਸਟਾਰ ਐਮ ਵੀ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਮੈਂ ਤੁਹਾਡੇ ਨਾਲ ਵੀ ਬੈਠੀ ਹਾਂ ਕਿਉਂਕਿ ਗੱਲਾਂ ਕਰਨ ਦਾ ਮੌਕਾ ਬਹੁਤ ਘੱਟ ਮਿਲਦਾ ਹੈ ਤੁਹਾਡੇ ਨਾਲ ਬਟ ਤੁਹਾਡੇ ਨਾਲ ਹੀ ਬੈਠਣਾ ਬਹੁਤ ਵੱਡੀ ਗੱਲ ਹੈ ਪਹਿਲੀ ਗੱਲ ਤਾਂ ਇਹ ਦੱਸੋ ਕਿ ਕਿਵੇਂ ਚੱਲ ਰਹੀ ਹੈ ਜ਼ਿੰਦਗੀ 6 ਮਹੀਨੇ ਘਰੇ ਬੈਠੇ ਹਾਂ ਸਾਰੇ ਜਾਣੇ ਅਤੇ ਬਹੁਤ ਔਖਾ ਵੀ ਹੈ ਜਿਹੜੇ ਕਲਾਕਾਰ ਸ਼ੋਜ਼ ਲਾਉਂਦੇ ਨੇ ਬੈਕ ਟੂ ਬੈਕ ਸ਼ੋਜ਼ ਲਾਉਂਦੇ ਨੇ ਉਹਨਾਂ ਲਈ ਬੜਾ ਔਖਾ ਰਿਹਾ ਆ ਹਾਂਜੀ ਬਹੁਤ ਪਹਿਲੀ ਵਾਰੀ ਹੋਇਆ ਜੀ ਮੇਰੀ ਲਾਈਫ ਵਿੱਚ ਜਿੰਨਾ ਮੇਰਾ ਕੈਰੀਅਰ ਸਟਾਰਟ ਤੋਂ ਦੇਖ ਲਓ ਜਿਉਂ ਐਵਰੀ ਵੀਕਐਂਡ ਬਿਜ਼ੀ ਹਾਂ ਔਰ ਕਦੇ ਤੁਸੀਂ ਕਿਸੇ ਕੰਟਰੀ 'ਚ ਜਾ ਰਹੇ ਹਾਂ ਕਦੇ ਕਿਸੇ ਕੰਟਰੀ 'ਚ ਜਾ ਰਹੇ ਹਾਂ ਅਤੇ ਇਹ ਦਿਸ ਇਜ਼ ਦਾ ਫਸਟ ਟਾਈਮ ਕਿ ਮੈਂ 6 ਮਹੀਨੇ ਹੋ ਗਿਆ ਹੁਣ ਬੈਠਿਆਂ ਨੂੰ ਇੰਡੀਆ 'ਚ ਲਾਸਟ ਪ੍ਰੋਗਰਾਮ ਕੀਤਾ ਸੀਗਾ ਉਹ ਲਾਸਟ ਉੱਥੋਂ ਪ੍ਰੋਗਰਾਮ ਕਰਕੇ ਆਏ ਸੀ ਵਾਪਸ ਔਰ ਇੱਥੇ ਆਣ ਕੇ ਲੋਕਡਾਊਨ 'ਚ ਫਸ ਗਿਆ ਸੋ ਉਦੋਂ ਦੇ ਕੋਈ ਪ੍ਰੋਗਰਾਮ ਜਿਹੜੇ ਇਸ ਸਾਲ ਦੇ ਤਾਂ ਮੈਨੂੰ ਲੱਗਦਾ ਸਾਰੇ ਜਿਹੜੇ ਉਹ ਅਗਲੇ ਸਾਲ ਚਲੇ ਗਏ ਅਤੇ ਅਗਲੇ ਸਾਲ ਦਾ ਵੀ ਹਲੇ ਕੋਈ ਯਕੀਨ ਨਹੀਂ ਹੈ ਸੋ ਇਹ ਕਰੋਨਾ ਨੇ ਤਾਂ ਬਹੁਤ ਡੇਂਜਰਸ ਕਰ ਦਿੱਤਾ ਮਾਹੌਲ ਸਾਰੇ ਬਿਜ਼ਨਸ ਔਰ ਸਾਡੇ ਜਿਹੜੇ ਜਿੰਨਾ ਹੁਣ ਤੁਸੀਂ ਦੇਖੋ 6 ਬੰਦੇ ਜਾਂ 10 ਬੰਦੇ ਇਕੱਠੇ ਨਹੀਂ ਹੋ ਸਕਦੇ ਔਰ ਸਾਡਾ ਤਾਂ ਕੰਮ ਹੀ ਇਹ ਹੈ ਇਕੱਠੇ ਕਰਨ ਦਾ ਬੰਦੇ ਕਿ ਜਿੱਥੇ 1000 ਬੰਦਾ 1500 ਬੰਦਾ ਘੱਟ ਹੋਵੇ ਨਾ ਉੱਥੇ ਉੱਥੇ ਸ਼ੋਅ ਨਹੀਂ ਕਰ ਸਕਦੇ ਸੋ ਹੋਪਫੁਲੀ ਰੱਬ ਕਰੇ ਜਲਦੀ ਤੋਂ ਜਲਦੀ ਇਹ ਠੀਕ ਹੋਵੇ ਇੱਕ ਵੈਸੇ ਸਿੰਗਿੰਗ ਦੇ ਵਿੱਚ ਜਾਂ ਫਿਰ ਕੋਈ ਵੀ ਕਲਾਕਾਰ ਜਿਹੜਾ ਆ ਉਹ ਘਰੋਂ ਵੀ ਕੰਮ ਕਰ ਸਕਦਾ ਹੈ ਕਿਉਂਕਿ ਸਾਰਿਆਂ ਦੇ ਘਰੇ ਸਟੂਡੀਓਜ਼ ਨੇ ਸਾਰਿਆਂ ਦੇ ਘਰੇ ਇੰਸਟਰੂਮੈਂਟਸ ਪਏ ਨੇ ਹਾਂਜੀ ਲਿਖਣਾ ਹੋਵੇ ਤਾਂ ਘਰੇ ਬੈਠ ਕੇ ਅਕਸਰ ਕਲਾਕਾਰ ਲਿਖਦੇ ਨੇ ਤੇ ਤੁਹਾਡੇ ਲਈ ਇਸ ਗੱਲੋਂ ਥੋੜ੍ਹਾ ਔਖਾ ਸੀ ਜਾਂ ਫਿਰ ਤੁਸੀਂ ਘਰੇ ਹੀ ਕੰਮ ਕਰੀ ਗਏ ਅਸੀਂ ਅਸੀਂ ਲਾਈਵ ਪ੍ਰੋਗਰਾਮ ਕਰਦੇ ਹਾਂ ਹਾਂਜੀ ਸੋ ਲਾਈਵ ਪ੍ਰੋਗਰਾਮ ਘਰੋਂ ਨਹੀਂ ਹੋ ਸਕਦਾ ਸਿਰਫ ਮੈਂ ਕਿ ਉੱਦਾਂ ਟਰਾਈ ਕੀਤੀ ਸੀਗੀ ਫੇਸਬੁੱਕ ਲਾਈਵ ਮੈਂ ਐਵਰੀ ਫਰਾਈਡੇ ਫੇਸਬੁੱਕ ਲਾਈਵ 'ਤੇ ਜਾਂਦਾ ਰਿਹਾ 5 ਵਜੇ ਮਤਲਬ ਟਾਈਮ ਹੁੰਦਾ ਸੀ 5 o'clock ਐਂਡ ਉਹਦੇ ਨਾਲ ਇੰਨੇ ਕੁ ਸਰੋਤੇ ਜੁੜੇ ਲੋਕਾਂ ਨੇ ਉਹਨੂੰ ਇੰਨਾ ਕੁ ਐਪਰੀਸ਼ੀਏਟ ਕੀਤਾ ਕਿਉਂਕਿ ਜਦੋਂ ਲੋਕਡਾਊਨ 'ਚ ਸਾਰੇ ਬੈਠੇ ਨੇ ਔਰ ਉਹ ਵੀ ਮੈਂ ਫੇਸਬੁੱਕ ਲਾਈਵ ਇੱਦਾਂ ਨਹੀਂ ਸੀ ਕੀਤਾ ਕਿ ਸਿਰਫ ਆਪਾਂ ਜਿੱਦਾਂ ਗੱਲਾਂ ਕਰਦੇ ਹਾਰਮੋਨੀਅਮ ਅਤੇ ਪ੍ਰੋਪਰ ਮਿਊਜ਼ਿਕ ਪਿੱਛੇ ਸੈਂਪਲ ਲਾ ਕੇ ਜਿਹਨੇ ਨਹੀਂ ਦੇਖੇ ਉਹ ਦੇਖ ਵੀ ਸਕਦੇ ਆ ਔਰ ਉਹ ਬਹੁਤ ਉਹਦੇ ਵਿੱਚ ਮੈਂ ਇੱਕ ਇਹ ਵੀ ਗੱਲ ਸੀਗਾ ਕਿ ਜਿਹੜੀ ਜਿੱਦਾਂ ਹੁਣ ਤੁਸੀਂ ਸਟੇਜ ਦੇ ਉੱਤੇ ਪਾਪੂਲਰ ਸੌਂਗ ਗਾਉਂਦੇ ਤੁਹਾਡੇ ਕਿਉਂਕਿ ਘੰਟਾ ਕੁ ਟਾਈਮ ਹੁੰਦਾ ਜਾਂ 1.5 ਘੰਟਾ ਟਾਈਮ ਹੁੰਦਾ ਅਤੇ ਤੁਸੀਂ ਕਹਿੰਦੇ ਜੀ ਹਾਂਜੀ ਮੈਂ ਤੋਤਕ ਤੋਤੇ ਤੂਤੀਆਂ ਗੁਰਨੋਸ਼ਕ ਮਿੱਠਾ ਭੰਗੜਾ ਪਾਉਣ ਨੂੰ ਜੀ ਕਰਦਾ ਜਿਹੜੇ ਪਾਪੂਲਰ ਸੌਂਗ ਜਿਹੜੇ ਤੁਹਾਡੇ ਹਿੱਟ ਆ ਉਹੀ ਗਾਉਂਦੇ ਆ ਅਤੇ ਉਹ ਲਾਈਵ ਦੇ ਵਿੱਚ ਮੈਂ ਫਿਰ ਜਿਹੜੀ ਗਾਣਿਆਂ ਦੀ ਵਾਰੀ ਨਹੀਂ ਸੀ ਆਉਂਦੀ ਉਹ ਗਾਣੇ ਵੀ ਬੈਠ ਕੇ ਬਾਜੇ ਨਾਲ ਬੈਠ ਕੇ ਸਾਰੇ ਗਾਏ ਅਤੇ ਉਹ ਸਾਰੇ ਸਰੋਤਿਆਂ ਨੇ ਬਹੁਤ ਪਸੰਦ ਕੀਤਾ ਉਹ ਵਧੀਆ ਸੀਗਾ ਪਰ ਜਿਹੜੇ ਸਾਡੇ ਲਾਈਵ ਸ਼ੋਅ ਹੁੰਦੇ ਆ ਉਹ ਤਾਂ ਹੁਣ ਜਿੰਨਾ ਚਿਰ ਆਡੀਅੰਸ ਇਕੱਠੀ ਨਹੀਂ ਹੁੰਦੀ ਉਹਨਾਂ ਚਿਰ ਨਹੀਂ ਕੀਤੇ ਜਾ ਸਕਦੇ ਹਾਂ ਨਹੀਂ ਉਸ ਵਕਤ ਦਾ ਸਾਰਿਆਂ ਨੂੰ ਇੰਤਜ਼ਾਰ ਹੈ ਕਿ ਕਦੋਂ ਸਟੇਜ ਤੇ ਜਾ ਕੇ ਲਾਈਵ ਸ਼ੋਜ਼ ਪਰਫਾਰਮ ਕਰਨਗੇ ਬਿਲਕੁਲ ਬਹੁਤ ਸਾਰੀਆਂ ਵੈਡਿੰਗ ਜਿਹੜੀਆਂ ਸੀਗੀਆਂ ਅਸੀਂ ਉਹ ਅਮਰੀਕਾ ਕੈਨੇਡਾ ਹੋਰ ਸਾਰੀ ਦੁਨੀਆ 'ਚ ਹੁਣ ਜਾਂਦੇ ਹਾਂ ਉਹ ਵੀ ਸਾਰੀਆਂ ਚੇਂਜ ਹੋਈਆਂ ਅਤੇ ਕਈਆਂ ਨੇ ਮਤਲਬ ਫਿਰ ਥੋੜ੍ਹੇ ਥੋੜ੍ਹੇ ਉਹ 35-30 ਬੰਦੇ ਇਕੱਠੇ ਕਰਕੇ ਉਹ ਕਰ ਲਿਆ ਸੋ ਇਸ ਰੀਲੀ ਸੈਡ ਕਿ ਕਰਕੇ ਤੁਸੀਂ ਜਿੰਨਾ ਲੋਕਾਂ ਨੇ ਇੱਕ ਹੁਣ ਜਿਹੜੀ ਜਿਹੜੀ ਮੈਰਿਜ ਆ ਜਾਂ ਜਿਹੜਾ ਵਿਆਹ ਆ ਉਹ ਲਾਈਫ 'ਚ ਕਈ ਵਾਰੀ ਹੋਣਾ ਉਹਨਾਂ ਨੇ ਕਿੰਨਾ ਕੁਛ ਸੋਚਿਆ ਹੋਣਾ ਹੈ ਨਾ ਕਿ ਫਲਾਣੇ ਫਲਾਣੇ ਆਰਟਿਸਟ ਨੂੰ ਸੱਦਾਂਗੇ ਉੱਥੇ ਅਸੀਂ ਨੱਚਾਂਗੇ ਗਾਵਾਂਗੇ ਭੰਗੜੇ ਪਾਵਾਂਗੇ ਸੋ ਉਹਨਾਂ ਨੂੰ ਥੋੜ੍ਹੇ ਬੰਦੇ ਸੱਦ ਕੇ ਕਰਨਾ ਪੈ ਗਿਆ ਜਾਂ ਕਈਆਂ ਨੇ ਉੱਦਾਂ ਪੋਸਟਪੋਨ ਵੀ ਕਰ ਲਿਆ ਇਸ ਸਾਲ ਦੇ ਅਗਲੇ ਸਾਲ ਕਰ ਲਿਆ ਸੋ ਜਿੰਨਾ ਚਿਰ ਉਹ ਲੋਕ ਇਕੱਠੇ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਪ੍ਰੋਗਰਾਮ ਨਹੀਂ ਕਰ ਸਕਦੇ ਪਰ ਉਮੀਦ ਹੈ ਕਿ ਸਭ ਕੁਝ ਜਲਦੀ ਠੀਕ ਹੋਵੇਗਾ ਬਿਲਕੁਲ ਬਿਲਕੁਲ ਪਰਮਾਤਮਾ 'ਤੇ ਦੇਖੋ ਉਮੀਦ ਨਾਲ ਹੀ ਦੁਨੀਆ ਖੜੀ ਹੈ ਜੀ ਸੋ ਸਾਨੂੰ ਵੀ ਉਮੀਦ ਹੈ ਕਿ ਅਗਲੇ ਸਾਲ ਤੋਂ ਘੱਟੋ ਘੱਟ ਕੰਮ ਸ਼ੁਰੂ ਹੋ ਜਾਵੇ
ਕਰੋਨਾ ਤਾਂ ਚੱਲ ਹੀ ਰਿਹਾ ਸੀ ਪਰ ਪੰਜਾਬ ਦੇ ਵਿੱਚ ਬਹੁਤ ਮਾਹੌਲ ਵਿਗੜ ਗਿਆ ਸੀਗਾ ਤੇ ਉਸ ਦੇ ਲਈ ਤੁਸੀਂ ਇੱਕ ਗੀਤ ਵੀ ਰਿਲੀਜ਼ ਕੀਤਾ ਹੈ ਦੁੱਖ ਜੱਟ ਦਾ ਰੀਸੈਂਟਲੀ ਹੁਣੇ ਬਹੁਤ ਮਾਹੌਲ ਬਹੁਤ ਹੀ ਜ਼ਿਆਦਾ ਖਰਾਬ ਹੈ ਉਸ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੀ ਚੱਲ ਰਿਹਾ ਹੈ ਤੇ ਯੂ ਨੋ ਇਸ ਗੀਤ ਦਾ ਕੀ ਜ਼ਿਆਦਾ ਏਮ ਕੀ ਸੀ ਕਿਉਂਕਿ ਬਹੁਤ ਸਾਰੇ ਗੀਤ ਨਿਕਲ ਰਹੇ ਨੇ ਰਿਲੀਜ਼ ਹੋ ਰਹੇ ਨੇ ਤੇ ਉਹ ਕਿਉਂ ਰਿਲੀਜ਼ ਹੋ ਰਹੇ ਨੇ ਤੇ ਉਹਨਾਂ ਦਾ ਮਕਸਦ ਕੀ ਹੈ ਰਿਲੀਜ਼ ਕਰਨ ਦਾ ਦੇਖੋ ਇੰਡੀਆ ਦੇ ਵਿੱਚ ਬਿੱਲ ਪਾਸ ਹੋਇਆ ਜੀ ਤੇ ਉਹ ਬਿੱਲ ਪਾਸ ਜਿਹੜਾ ਹੋਇਆ ਉਹ ਕਿਸਾਨਾਂ ਦੇ ਬਹੁਤ ਵਿਰੋਧ 'ਚ ਜੀ ਕਿਉਂਕਿ ਉਹਦੇ ਵਿੱਚ ਕੁਛ ਇੱਕ ਚੀਜ਼ਾਂ ਐਸੀਆਂ ਨੇ ਜਿਹੜੀਆਂ ਕਿ ਬਹੁਤ ਜਿਵੇਂ ਬਿੱਲ ਲਾਈਕ ਇਸ ਕੌਂਟਰੈਕਟ ਜਿਵੇਂ ਅਸੀਂ ਕੰਪਨੀ ਨਾਲ ਕੌਂਟਰੈਕਟ ਕਰਦੇ ਹਾਂ ਉਹਦੇ ਵਿੱਚ ਕੁਛ ਇੱਕ ਚੀਜ਼ਾਂ ਚੰਗੀਆਂ ਵੀ ਨੇ ਕੁਛ ਇੱਕ ਚੀਜ਼ਾਂ ਮਾੜੀਆਂ ਵੀ ਨੇ ਅਤੇ ਉਹ ਜਿਹੜੀਆਂ ਮਾੜੀਆਂ ਚੀਜ਼ਾਂ ਉਹ ਉਹਨੂੰ ਚੇਂਜ ਕਰਨ ਦੇ ਲਈ ਜਿਹੜੇ ਕਿਸਾਨ ਆ ਜਿਹੜੇ ਜੱਟ ਆ ਉਹ ਮਤਲਬ ਪਿੰਡ ਜਿਹੜੇ ਖੇਤੀਬਾੜੀ ਕਰਦੇ ਆ ਉਹ ਉਹਨਾਂ ਨੂੰ ਗੌਰਮੈਂਟ ਨੂੰ ਚਾਹੁੰਦੇ ਆ ਕਿ ਮਤਲਬ ਉਹ ਚੀਜ਼ਾਂ ਵਿੱਚੋਂ ਚੇਂਜ ਕਰ ਦਿੱਤੇ ਜਾਣ ਜਿਹੜੇ ਕਲੂ ਜਿਹੜੇ ਨਹੀਂ ਮਤਲਬ ਉਹਨਾਂ ਦੇ ਹੱਕ ਦੇ ਵਿੱਚ ਅਤੇ ਉਹ ਪਤਾ ਨਹੀਂ ਗੌਰਮੈਂਟ ਕਿਉਂ ਨਹੀਂ ਸੁਣ ਰਹੀ ਹੁਣ ਅਸੀਂ ਵੀ ਸਾਰੇ ਜਿੱਦਾਂ ਉਹਦੇ ਲਈ ਅਸੀਂ ਗਾਣਾ ਕੀਤਾ ਸੀ ਕਿ ਬਦਲੀਆਂ ਬਹੁਤ ਸਰਕਾਰਾਂ ਨੇ ਪਰ ਦੁੱਖ ਸੁਣਿਆ ਨਾ ਕਦੇ ਕਿਸੇ ਜੱਟ ਦਾ ਜੱਟ ਦੇ ਤੁਸੀਂ ਜੱਟਾਂ ਦੇ ਗਾਣੇ ਹਰੇਕ ਤੁਸੀਂ ਜੱਟਾਂ ਦੇ ਗਾਣੇ ਸੁਣਦੇ ਆ ਜੱਟ ਨੇ ਯੇ ਕੀਤਾ ਜੱਟ ਨੇ ਵੋ ਕੀਤਾ ਜੱਟ ਤਾਂ ਯੇ ਕਰ ਦਿੰਦਾ ਮੈਂ ਪਹਿਲੀ ਅਤੇ ਲੈਣ ਦੇ ਵਿੱਚ ਸਾਡੇ ਸਿੰਗਰਾਂ ਨੂੰ ਫੜਿਆ ਕਿ ਗੀਤਾਂ ਵਿੱਚ ਤਾਂ ਬਣਾ ਕੇ ਵੈਲੀ ਰੱਖਤਾ ਵੀ ਜੱਟ ਵੈਲੀ ਹੁੰਦਾ ਜੱਟ ਨਹੀਂ ਪਰਵਾਹ ਕਿਸੇ ਦੀ ਮੰਨਦਾ ਜੱਟ ਆਇਆ ਜੱਟ ਦਾ ਕੁੜਤਾ ਜੱਟ ਦਾ ਗੜਾਸਾ ਜੱਟ ਦਾ ਫਲਾਨਾ ਪਰ ਜੱਟ ਦਾ ਦੁੱਖ ਨਹੀਂ ਅਸਲ 'ਚ ਕਿਸੇ ਨੇ ਦੱਸਿਆ ਕਿ ਅਸਲ 'ਚ ਜੱਟ ਜਿਹੜਾ ਅਸਲ 'ਚ ਜਿਹੜਾ ਕਿਸਾਨ ਆ ਉਹ ਉਹਦਾ ਦੁੱਖ ਆ ਕਿ ਗੌਰਮੈਂਟਾਂ ਨੇ ਜਿੰਨੀਆਂ ਵੀ ਗੌਰਮੈਂਟਾਂ ਆਈਆਂ ਉਹਨਾਂ ਨੇ ਕਿਸੇ ਨੇ ਵੀ ਬੈਠ ਕੇ ਉਹਦਾ ਕੋਈ ਦੁੱਖ ਦਰਦ ਨਹੀਂ ਸੁਣਿਆ ਔਰ ਜਿਹੜਾ ਜੱਟ ਕਿਸਾਨ ਆ ਉਹ ਇਕੱਲਾ ਜੱਟ ਜਿਹੜਾ ਉਹ ਪੰਜਾਬ ਦੀ ਰੀੜ੍ਹ ਦੀ ਹੱਡੀ ਆ ਬੈਕਬੋਨ ਆ ਬਿਕੋਜ਼ ਉੱਥੋਂ ਹੀ ਸਾਰੀਆਂ ਗੱਲਾਂ ਬਾਤਾਂ ਸ਼ੁਰੂ ਹੁੰਦੀਆਂ ਉਹਦੇ ਨਾਲ ਹੋਰ ਚੀਜ਼ਾਂ ਬਹੁਤ ਜੁੜੀਆਂ ਕਿਸਾਨ ਮਜ਼ਦੂਰ ਜੁੜਿਆ ਉਹਦੇ ਨਾਲ ਜੇ ਜੱਟ ਟਰੈਕਟਰ ਲੈਂਦਾ ਤਾਂ ਉਹ ਵਰਕਸ਼ਾਪ ਵਾਲੇ ਵੀ ਉਹਦੇ ਨਾਲ ਜੁੜੇ ਨੇ ਜਿੱਥੋਂ ਠੀਕ ਕਰਵਾਉਂਦਾ ਉਹ ਖੇਤਾਂ ਦੇ ਵਿੱਚ ਕਿੰਨੇ ਬੰਦੇ ਮਜ਼ਦੂਰ ਕੰਮ ਕਰਦੇ ਨੇ ਸੋ ਖਾਣਾ ਸਾਰੀ ਦੁਨੀਆ ਨੂੰ ਇੰਡੀਆ ਦੇ ਵਿੱਚ ਮਤਲਬ ਜਿਹੜਾ ਪੰਜਾਬ 'ਚੋਂ ਇਕੱਲੇ 'ਚੋਂ 60% ਇੰਡੀਆ ਨੂੰ ਜਿਹੜਾ ਫੂਡ ਆ ਉਹ ਸਾਡੀ ਜਿਹੜੀ ਗੌਰਮੈਂਟ ਜਿਹੜੇ ਪੰਜਾਬ ਦੇ ਕਿਸਾਨਾਂ ਨੇ ਖੜਾ ਕੇ ਦਿੱਤਾ ਤਾਂ ਫਿਰ ਉਹਨਾਂ ਦੀਆਂ ਜਿਹੜੀਆਂ ਛੋਟੀ ਛੋਟੀ ਜਿਹੜੀਆਂ ਮੰਗਾਂ ਆ ਉਹਨਾਂ ਨੂੰ ਪੂਰਾ ਰੱਖਣਾ ਚਾਹੀਦਾ ਵੀ ਉਹਨਾਂ ਨੂੰ ਪ੍ਰੋਪਰ ਪ੍ਰਾਈਸ ਮਿਲਣੀ ਚਾਹੀਦੀ ਆ ਜਿਹੜੀ ਤੁਸੀਂ ਚੀਜ਼ ਦੀ ਜੋ ਤੁਸੀਂ ਜੇ ਕੋਈ ਤੁਸੀਂ ਪ੍ਰੋਡਿਊਸ ਕਰਦੇ ਆ ਤਾਂ ਤੁਹਾਡਾ ਇੱਕ ਆਪਣਾ ਮੁੱਲ ਹੋਣਾ ਚਾਹੀਦਾ ਉਹ ਜਿਹੜੀਆਂ ਚੀਜ਼ਾਂ ਅਸਲੀਅਤ ਜਿਹੜੀ ਆ ਉਹ ਮੈਂ ਇਸ ਗਾਣੇ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇੱਦਾਂ ਇੱਦਾਂ ਗੱਲ ਜਦੋਂ ਮੀਂਹ ਪੈਂਦਾ ਜਾਂ ਜਦੋਂ ਕਣਕ ਜਾਂ ਫਸਲ ਪੱਕੀ ਹੁੰਦੀ ਆ ਪੱਕੀ ਫਸਲ 'ਤੇ ਗੜੇ ਜਦੋਂ ਪੈਂਦੇ ਨੇ ਰੱਬ ਜਾਣਦਾ ਫਿਰ ਜੱਟ ਕਿਵੇਂ ਸਹਿੰਦੇ ਨੇ ਜਦੋਂ ਆਉਂਦੀਆਂ ਘਟਾਵਾਂ ਝੜਕਾਲੀਆਂ ਉਦੋਂ ਦਿਲ ਬੜਾ ਹੁੰਦਾ ਫਿਰ ਘੱਟਦਾ ਕਿਉਂਕਿ ਉਹਨੂੰ ਪਤਾ ਹੈ ਕਿ ਜੇ ਗੜੇ ਪੈ ਗਏ ਤਾਂ ਮਤਲਬ ਮੇਰੀ ਫਸਲ ਜਿਹੜੀ ਸਾਰੀ ਖਰਾਬ ਹੋ ਜੂਗੀ ਸੋ ਉਹ ਚੀਜ਼ਾਂ ਜਿਹੜੀਆਂ ਮੈਂ ਇਸ ਗਾਣੇ ਦੇ ਵਿੱਚ ਬਿਆਨ ਕੀਤਾ ਸੋ ਯੰਗਰ ਜਨਰੇਸ਼ਨ ਦੀ ਜਦ ਆਪਾਂ ਗੱਲ ਕਰਦੇ ਹਾਂ ਰੀਸੈਂਟਲੀ ਤਾਂ ਨਹੀਂ ਕਹਿ ਸਕਦੀ ਹੁਣ ਤਾਂ 2 ਸਾਲ ਹੋ ਗਏ ਗਿੱਪੀ ਗਰੇਵਾਲ ਦੀ ਮੂਵੀ ਦੇ ਵਿੱਚ ਵੀ ਤੁਸੀਂ ਗੀਤ ਆਪਣਾ ਬਹੁਤ ਹੀ ਫੇਮਸ ਗੀਤ ਦਿੱਤਾ ਸੀ ਗਿੱਪੀ ਦੇ ਨਾਲ ਤੁਹਾਡੀ ਰਿਲੇਸ਼ਨਸ਼ਿਪ ਬਹੁਤ ਹੀ ਵਧੀਆ ਹੈ ਅਸੀਂ ਦੇਖਦੇ ਰਹਿੰਦੇ ਹਾਂ ਸੋਸ਼ਲ ਮੀਡੀਆ 'ਤੇ ਵੀ ਜਾਂ ਫਿਰ ਤੁਸੀਂ ਅਕਸਰ ਮਿਲਦੇ ਰਹਿੰਦੇ ਹਾਂ ਜਦ ਉਹ ਆਏ ਹੁੰਦੇ ਨੇ ਜਾਂ ਤੁਸੀਂ ਇੰਡੀਆ ਗਏ ਹੁੰਦੇ ਹਾਂ ਜਾਂ ਕੈਨੇਡਾ ਸੋ ਗਿੱਪੀ ਦੇ ਨਾਲ ਕੰਮ ਕਰਨਾ ਉਸ ਦੇ ਵਿੱਚ ਕਿਵੇਂ ਦਾ ਸੀਗਾ ਯੂ ਨੋ ਇੰਨਾ ਲੈਜੈਂਡਰੀ ਟਰੈਕ ਜਦ ਰੀਮੇਕ ਕਰਦੇ ਹਾਂ ਤਾਂ ਅਕਸਰ ਉਮੀਦਾਂ ਬਹੁਤ ਹੁੰਦੀਆਂ ਨੇ ਫੈਨਸ ਦੀਆਂ ਉਸ ਉਮੀਦਾਂ 'ਤੇ ਖੜੇ ਉਤਰਨਾ ਕਿੰਨਾ ਔਖਾ ਸੀ ਜਾਂ ਕਿੰਨਾ ਯੂ ਨੋ ਇੱਦਾਂ ਸੀਗਾ ਕੁਛ ਡਰ ਜਿਹਾ ਕਿ ਚੱਲੇਗਾ ਗੀਤ ਜਦੋਂ ਤੁਸੀਂ ਗੀਤ ਨੂੰ ਰੀਮਿਕਸ ਕਰਦੇ ਨੇ ਕਿਉਂਕਿ ਰੀਮਿਕਸ ਗੀਤ ਉਹੀ ਹੁੰਦਾ ਆ ਜਿਹੜਾ ਪਹਿਲਾਂ ਬਹੁਤ ਪਾਪੂਲਰ ਹੈ ਜੀ ਯਾ ਕਿਉਂਕਿ ਉਹ ਸਾਰਿਆਂ ਨੇ ਸੁਣਿਆ ਹੁੰਦਾ ਜਦੋਂ ਤੁਸੀਂ ਨਵੀਂ ਚੀਜ਼ ਪ੍ਰੋਡਿਊਸ ਕਰਦੇ ਆ ਉਹਦੇ ਵਿੱਚ ਤੁਸੀਂ ਆਪਣੀ ਚੀਜ਼ ਵੀ ਕੁਛ ਲਾ ਸਕਦੇ ਆ ਕਿ ਮੈਂ ਇਹਨੂੰ ਇੱਦਾਂ ਕਰਨਾ ਮੈਂ ਇਹਨੂੰ ਆਹ ਕਰਨਾ ਮੈਂ ਇਹਨੂੰ ਥੋੜ੍ਹਾ ਜਿਹਾ ਆਹ ਮਾਹੌਲ ਦੇਵਾਂ ਪਰ ਜਦੋਂ ਜਿਹੜਾ ਤੁਸੀਂ ਗੀਤ ਦੁਆਰਾ ਰੀਮਿਕਸ ਕਰਦੇ ਆ ਉਹ ਬਹੁਤ ਰਿਸਕੀ ਹੋ ਜਾਂਦਾ ਕਿਉਂਕਿ ਇੱਦਾਂ ਨਾ ਹੋਵੇ ਕਿ ਉਹ ਪਹਿਲਾਂ ਬਹੁਤ ਹਟਿਆ ਅਤੇ ਮੁੜ ਕੇ ਨਹੀਂ ਹੋ ਚੱਲਿਆ ਉਹਨਾਂ ਸੋ ਗਿੱਪੀ ਨੇ ਮੈਨੂੰ ਫੋਨ ਕਰਕੇ ਕਿਹਾ ਭਾਅ ਜੀ ਵੀ ਮੈਨੂੰ ਆਹ ਗਾਣਾ ਬਹੁਤ ਪਸੰਦ ਆ ਅਤੇ ਆਪਾਂ ਮੈਂ ਇਕੱਠੇ ਤਾਂ ਆਪਾਂ ਗਾਣਾ ਇਕੱਠੇ ਗਾਉਣਾ ਚਾਹੁੰਦੇ ਹਾਂ ਮੈਂ ਕਿਹਾ ਚਲੋ ਠੀਕ ਹੈ ਉਹ ਜਦੋਂ ਅਸੀਂ ਗੀਤ ਬਣਾਇਆ ਤਾਂ ਉਹ ਕਹਿੰਦੇ ਜੀ ਵੀ ਆਪਾਂ ਇਹ ਟਾਈਟਲ ਹੀ ਇਹ ਰੱਖਣਾ ਮਤਲਬ ਫਿਲਮ ਦਾ ਟਾਈਟਲ ਹੀ ਉਹ ਹੋ ਗਿਆ ਮਰ ਗਏ ਉਹ ਲੋਕ ਸੋ ਉਹ ਬਹੁਤ ਵਧੀਆ ਸਾਡੀ ਟਿਊਨਿੰਗ ਸੀਗੀ ਬਹੁਤ ਵਧੀਆ ਲੱਗਦਾ ਸੀ ਸਾਨੂੰ ਫਿਰ ਦਲਜੀਤ ਨੇ ਵੀ ਬਹੁਤ ਆਪਣਾ ਸਟਾਈਲ ਜਿਹੜਾ ਉਹ ਹਮੇਸ਼ਾ ਹੀ ਉਹ ਬਹੁਤ ਪ੍ਰਮੋਟ ਕਰਦਾ ਰਹਿੰਦਾ ਕਿ ਮੈਨੂੰ ਭਾਅ ਜੀ ਦੇ ਪੱਗ ਦੇ ਸਤਾਰੇ ਬੜੇ ਵਧੀਆ ਲੱਗਦੇ ਆ ਜਾਂ ਮੈਂ ਉਹਦੇ ਛੜਾ ਫਿਲਮ ਸੀ
ਉਹਨੇ ਛੜੇ ਫਿਲਮ 'ਚ ਮੇਰੀਆਂ ਸਾਰੀਆਂ ਡਰੈਸਸ ਪਾਈਆਂ ਸੀਗੀਆਂ। ਸੋ ਆਪਾਂ ਗੱਲ ਕਰ ਰਹੇ ਸੀਗੇ ਪਹਿਰਾਵੇ ਦੀ, ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਇੱਕ ਕਲਾਕਾਰ ਨੂੰ ਸਟੈਂਡ ਆਊਟ ਕਰਨਾ। ਤੁਸੀਂ ਅੱਜ ਵੀ ਸਟੇਜ 'ਤੇ ਜਾਂਦੇ ਹਾਂ ਤਾਂ ਪਤਾ ਲੱਗ ਜਾਂਦਾ ਕਿ ਗੋਲਡਨ ਸਟਾਰ ਸਟੇਜ 'ਤੇ ਹੈ। ਇੱਕ ਪਹਿਰਾਵੇ ਤੋਂ ਬੰਦਾ ਪਹਿਚਾਣਿਆ ਜਾਂਦਾ। ਤੁਸੀਂ ਆਮ ਬੰਦਾ ਤੁਰਿਆ ਜਾਵੇ ਉਹਨੂੰ ਕੋਈ ਵੀ ਨਹੀਂ ਜਦੋਂ ਉਹ ਤੋਂ ਡਰਦਾ, ਪਰ ਉਹਨੂੰ ਪੁਲਿਸ ਦੀ ਵਰਦੀ ਪਵਾ ਦਿਓ, ਬੰਦਾ ਸੋਚਦਾ ਯਾਰ ਪੁਲਿਸ ਵਾਲਾ, ਓਏ ਦੇਖੋ ਥੱਲੇ ਥੱਲੇ, ਉਹ ਤੋਂ ਡਰਦਾ ਨਾ, ਉਹਦੇ ਕੱਪੜਿਆਂ ਤੋਂ ਕੱਪੜੇ ਬੋਲਦੇ ਨੇ। ਅੱਛਾ ਉਸੇ ਬੰਦੇ ਦੇ ਸਿਕਿਉਰਿਟੀ ਵਾਲੇ ਪਾ ਦਿਓ ਕੱਪੜੇ, ਅੱਧੇ ਬੰਦੇ ਨਹੀਂ ਡਰ ਗਏ ਕਹਿਣਾ ਉਹ ਨਹੀਂ ਨਹੀਂ ਪੁਲਿਸ ਵਾਲਾ ਨਹੀਂ ਸਿਕਿਉਰਿਟੀ ਵਾਲਾ ਹੀ ਆ, ਇਸ ਤੋਂ ਸੋ ਬੰਦਾ ਤਾਂ ਉਹੀ ਆ। ਸੋ ਇਸੇ ਤਰ੍ਹਾਂ ਹੀ ਜਦੋਂ ਤੁਸੀਂ ਗਾਉਂਦੇ ਆ ਤੁਹਾਡਾ ਉਹ ਮਤਲਬ, ਜਿੱਦਾਂ ਹੁਣ ਭੰਗੜੇ ਵਾਲੇ ਆ, ਭੰਗੜੇ ਦੀ ਡਰੈਸ ਹੈ ਇੱਕ, ਉਹ ਭੰਗੜਾ ਡਰੈਸ ਤੋਂ ਬਗੈਰ ਜੇ ਭੰਗੜਾ ਪਾਉਣਗੇ ਉਹ ਉਹਦਾ ਬਣੂ ਨਹੀਂ ਹੋਊਗਾ। ਬਿਲਕੁਲ, ਉਹ ਕੱਪੜੇ ਜ਼ਰੂਰ ਹੋਣੇ ਚਾਹੀਦੇ ਆ। ਸੋ ਤੁਹਾਡੇ ਕੱਪੜੇ ਜਿਹੜੇ ਉਹ ਬੋਲਦੇ ਆ। ਸੋ ਉਹਦੇ ਕਰਕੇ ਮੈਂ ਪਹਿਲਾਂ ਤੋਂ ਹੀ ਸ਼ੁਰੂ ਕੀਤਾ ਸੀਗਾ ਕਿ ਪੱਗ 'ਤੇ ਸਿਤਾਰੇ ਲਾਉਣੇ, ਚਾਦਰ ਕੁੜਤਾ, ਯੇ ਵੋ, ਹੈ ਨਾ, ਉਹ ਇੱਕ ਹੋਣਾ ਚਾਹੀਦਾ ਸਾਡਾ ਕਲਚਰ ਜਿਹਾ। ਜਦ ਤੁਸੀਂ ਸਟੇਜ 'ਤੇ ਆਉਂਦੇ ਆ ਅੱਧੇ ਲੋਕ ਪਹਿਲਾਂ ਹੀ ਇਹ ਸੋਚਦੇ ਵੀ ਯਾਰ ਕਮਾਲ ਆ ਗਿਆ ਭਾਈ ਜੀ। ਸੋ ਉਹ ਚੀਜ਼ਾਂ ਜਿਹੜੀਆਂ, ਮੈਂ ਮੇਰਾ ਗੀਤ ਸੀਗਾ ਭੁੱਲੀ ਜਾਂਦੇ ਵਿਰਸਾ ਪੰਜਾਬ ਦਾ, ਜੰਮੇ ਜਾਏ ਰੰਗਲੇ ਪੰਜਾਬ ਦੇ, ਉਹਦੇ ਵਿੱਚ ਮੈਂ ਡਰੈਸਿਸ ਜਿਹੜੀਆਂ ਉਹ ਉਸਾਰੀ ਦੀਆਂ ਸਾਰੀਆਂ ਪਾਈਆਂ ਸੀਗੀਆਂ। ਉਹਨੂੰ ਵੀ ਫਿਰ ਜਿੱਦਾਂ ਸਾਰਾ ਕੁਛ ਚੱਕ ਕੇ ਦਲਜੀਤ ਨੇ ਫਿਰ ਛੜੇ ਫਿਲਮ ਦਾ ਉਹ ਗਾਣਾ ਕੀਤਾ ਸੀ, ਔਰ ਇਹ ਇਕੱਲਾ ਇਕੱਲਾ ਲਫ਼ਜ਼ ਮੈਂ ਢਾਡੀ ਵੀ ਜੋ ਵੀ ਅਸੀਂ ਯੂਜ਼ ਕੀਤਾ ਸੀ ਉਹਨਾਂ ਨੇ ਉਹ ਯੂਜ਼ ਕੀਤਾ, ਔਰ ਉਹਨੂੰ ਬੜਾ ਐਪਰੀਸ਼ੀਏਟ ਕੀਤਾ। ਸੋ ਮੈਨੂੰ ਚੰਗਾ ਲੱਗਦਾ ਜਦੋਂ ਇਹ ਯੰਗਸਟਰ ਆਏ ਸਾਡੇ, ਗਿੱਪੀ ਅਤੇ ਦਲਜੀਤ, ਹੋਰ ਜਿਹੜੇ ਵੀ ਮੁੰਡੇ ਜਿਹੜੇ ਨਵੇਂ ਆ ਰਹੇ ਉਹ ਤੁਹਾਨੂੰ ਥੋੜ੍ਹਾ ਫੋਲੋ ਕਰਦੇ ਆ, ਬਹੁਤ ਚੰਗੀ ਚੰਗੀ ਗੱਲ ਹੈ, ਵਧੀਆ ਗੱਲ ਹੈ। ਪਰ ਇੱਕ ਗੱਲ ਜ਼ਰੂਰ ਹੈ ਇਸ ਗੱਲ 'ਤੇ, ਮੈਂ ਇੱਕ ਹੋਰ ਗੱਲ ਜ਼ਰੂਰ ਕਹਿਣਾ ਚਾਹੂੰਗੀ ਕਿ ਜਿਹੜੀ ਭੰਗੜੇ ਵਾਲੀ ਵਰਦੀ ਹੈ ਅਤੇ ਜਿਹੜੀ ਕਲਾਕਾਰਾਂ ਦੀ ਵਰਦੀ ਪਹਿਲਾਂ ਦੇਖਣ ਨੂੰ ਮਿਲਦੀ ਸੀ, ਹੁਣ ਆਪਾਂ ਕੋਈ ਵੀ ਲੈਜੈਂਡਰੀ ਆਰਟਿਸਟ ਦੀ ਗੱਲ ਕਰ ਲਈਏ, ਚਾਹੇ ਉਹ ਗੁਰਦਾਸ ਮਾਨ ਜੀ, ਚਾਹੇ ਉਹ ਤੁਹਾਡੀ ਗੱਲ ਹੈ, ਤੁਸੀਂ ਸਟੇਜ 'ਤੇ ਜਾਂਦੇ ਹੋ, ਤੁਸੀਂ ਅੱਜ ਵੀ ਯੂਨੋ ਉਹੀ ਵਰਦੀ ਪਾ ਕੇ ਜਾਂਦੇ ਹੋ, ਪਰ ਅੱਜ ਕੱਲ੍ਹ ਦੇ ਕਲਾਕਾਰ ਜਿਹੜੇ ਜਾ ਰਹੇ ਨੇ ਯੂਨੋ ਬਹੁਤ ਕੈਜੂਅਲ ਕੱਪੜੇ ਪਾ ਕੇ ਜਾਂਦੇ ਨੇ, ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਕੌਂਸਰਟ ਦੇ ਵਿੱਚ ਕੋਈ ਜਾ ਕੇ ਇਹੋ ਜਿਹੇ ਕੱਪੜੇ ਪਾ ਕੇ ਜਾਂਦੇ। ਇਹ ਵੀ ਇੱਕ ਕਾਰਨ ਹੈ ਜੀ, ਇਹ ਇੱਕ ਬਹੁਤ ਵੱਡਾ ਕਾਰਨ ਹੈ ਕਿ ਤੁਸੀਂ ਆਪਣੀ ਇੱਕ ਪਹਿਚਾਣ ਨਹੀਂ ਬਣਾ ਸਕੇ, ਸਟੇਜ ਦੀ ਇੱਕ ਪਹਿਚਾਣ ਹੋਣੀ ਚਾਹੀਦੀ ਜੀ। ਮੈਂ ਪੱਗ 'ਤੇ ਸਿਤਾਰੇ ਲਾਉਣਾ ਜਾਂ ਦੂਜੇ ਲਾਉਣਾ, ਮੈਂ ਇਹ ਨਹੀਂ ਚਾਹੁੰਦਾ ਕਿ ਉਹ ਜਦੋਂ ਹੁਣ ਮੈਂ ਕਈ ਵਾਰੀ ਇੰਟਰਵਿਊ ਕਰਦੇ ਹਾਂ ਤਾਂ ਬੰਦੇ ਸੋਚਦੇ ਭਾਈ ਤੁਸੀਂ ਉਹ ਪੱਗ 'ਤੇ ਸਿਤਾਰੇ ਨਹੀਂ ਲਾਏ, ਮੈਂ ਇੱਦਾਂ ਨਹੀਂ ਲਾਉਣੇ ਚਾਹੁੰਦਾ ਜੀ, ਉਹ ਸਟੇਜ 'ਤੇ ਹੋਣੇ ਚਾਹੀਦੇ ਜੀ। ਕਈ ਆਰਟਿਸਟ ਇਹ ਵੀ ਆ, ਮੈਂ ਹੁਣ ਨਾਂ ਨਹੀਂ ਲਊਂਗਾ, ਕਈ ਆਰਟਿਸਟਾਂ ਨੇ ਉਹ ਬਾਅਦ 'ਚ ਸਿਤਾਰੇ ਲਾਉਣੇ ਇੰਨੇ ਕੁ ਕਰ ਦਿੱਤੇ ਕਿ ਉਹ ਏਅਰਪੋਰਟ 'ਤੇ ਖੜ੍ਹੇ ਵੀ ਸਿਤਾਰੇ ਲਾ ਗਏ, ਇੰਨੇ ਨਹੀਂ ਕਰਨਾ ਚਾਹੀਦਾ। ਮਤਲਬ ਆਮ ਤੁਸੀਂ ਲਾਈਫ 'ਚ ਉੱਦਾਂ ਹੀ ਪਾਓ, ਪਰ ਜਦੋਂ ਤੁਸੀਂ ਸਟੇਜ 'ਤੇ ਆ, ਸਟੇਜ 'ਤੇ ਇੱਕ ਤੁਹਾਡੀ ਪਹਿਚਾਣ ਹੋਣੀ ਚਾਹੀਦੀ ਆ ਕਿ ਬੰਦੇ ਦੇ ਯਾਰ ਜਦੋਂ ਆ ਗਿਆ ਸਟੇਜ 'ਤੇ ਤਾਂ ਲੋਕ ਇੱਕਦਮ ਉੱਠ ਕੇ ਤਾੜੀ ਮਾਰ ਕੇ ਯਾਰ ਫਲਾਨਾ ਬੰਦਾ ਆ ਗਿਆ। ਇਹ ਨਵੇਂ ਆਰਟਿਸਟਾਂ ਨੂੰ ਜ਼ਰੂਰ ਕਰਨਾ ਚਾਹੀਦਾ, ਇੱਕ ਪਹਿਚਾਣ ਹੋਣੀ ਚਾਹੀਦੀ ਆ। ਨਹੀਂ ਤਾਂ ਜੇ ਤੁਸੀਂ ਕਦੇ ਮਤਲਬ ਟੁੱਟੀ ਜਿਹੀ ਪੈਂਟ ਪਾ ਕੇ ਚੱਲੇ, ਜੀਨ ਪਾ ਕੇ ਚਲੇ ਗਿਆ, ਕਦੇ ਕੁਛ ਕਰਕੇ ਚਲੇ ਗਿਆ, ਉਹ ਲੋਕਾਂ 'ਚ ਤੁਹਾਡੀ ਉਹ ਪਹਿਚਾਣ ਨਹੀਂ ਰਹੂਗੀ ਜੀ। ਸੋ ਉਹ ਪਹਿਚਾਣ ਬਣਾਉਣੀ ਇੱਕ ਆਪਣਾ ਬਹੁਤ ਵੱਡੀ ਗੱਲ।